ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇਸ ਵੇਲੇ ਦੀ ਵੱਡੀ ਖਬਰ ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਤੇ ਹੁਣ ਹੋਵੇਗੀ ਕਾਰਵਾਈ ਗੈਰ ਕਾਨੂੰਨੀ ਤੌਰ ਤੇ ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਦੀ ਖੈਰ ਨਹੀਂ ਡਾਇਰੈਕਟੋਰੇਟ ਆਫ ਲਾਟਰੀ ਵਿਭਾਗ ਦੀ ਸ਼ਕਤੀ ਮਗਰੋਂ ਪੁਲਿਸ ਨੇ ਸਬੰਧੀ ਕਾਰਵਾਈ ਹੈ ਜਿਹੜੀ ਬੈਡ ਦਿੱਤੀ ਹੈ ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਲਾਟਰੀ ਸਿਸਟਮ ਦੀ ਆੜ ਵਿੱਚ ਲੱਕੀ ਡਰਾਸ ਸਕੀਮਾਂ ਨੂੰ ਗੈਰਕਾਨੂੰਨੀ ਕੋਸ਼ਿਤ ਕੀਤਾ ਗਿਆ ਤੇ ਇਹਨਾਂ ਸਕੀਮਾਂ ਨਾਲ ਗੈਰਕਾਨੂੰਨੀ ਕਮਾਈ ਕਰਨ ਵਾਲਿਆਂ ਖਿਲਾਫ ਜਿਹੜੀ ਵਿਭਾਗ ਨੇ ਪੁਲਿਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ ਇਸ ਦੀ ਪੁਸ਼ਟੀ ਕਰਦੇ ਐਸਐਸਪੀ ਖੰਨਾ ਅਵਨੀਤ ਕੌਂਡਰ ਨੇ ਕਿਹਾ ਕਿ ਡਾਇਰੈਕਟੋਰੇਟ ਲਾਟਰੀ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਇਲਾਕੇ ਵਿੱਚ ਗੈਰਕਾਨੂੰਨੀ ਲੱਕੀ ਡਰਾਸ ਸਕੀਮਾਂ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਪੰਜਾਬ ਵਿੱਚ ਕਈ ਅਜਿਹੇ ਗੈਰਕਾਨੂੰਨੀ ਲੱਕੀ ਡਰਾਸ ਸਕੀਮਾਂ ਚੱਲਦੀਆਂ ਹਨ ਜਿਸ ਵਿੱਚ 100 ਤੋਂ 500 ਰੁਪਏ ਤੱਕ ਦਾ ਪ੍ਰਤੀ ਕੂਪਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਵੇਚਿਆ ਜਾਂਦਾ ਤੇ ਲੱਖਾਂ ਰੁਪਏ ਇਕੱਠੇ ਕਰ ਲਏ ਜਾਂਦੇ ਹਨ ਇਸ ਲੱਕੀ ਡਰਾਸ ਸਕੀਮ ਜਿਦੇ ਵਿੱਚ ਕੂਪਨ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਕਿ ਕੇਵਲ 100 ਰੁਪਏ ਵਿੱਚ ਬੁਲਟ ਮੋਟਰਸਾਈਕਲ ਜਾਂ ਫਿਰ 500 ਰੁਪਏ ਵਿੱਚ ਲਗਜ਼ਰੀ ਕਾਰ ਇੱਥੋਂ ਤੱਕ ਕਿ ਪਿੰਡੂ ਲੋਕਾਂ ਨੂੰ ਆਕਰਸ਼ਿਤ ਕਰ ਲਈ ਟਰੈਕਟਰ ਤੱਕ ਦੀ ਸਕੀਮ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਕੂਪਨ ਵੇਚ ਕੇ 40 ਲੱਖ ਰੁਪਏ ਇਕੱਠੇ ਕਰ ਲਏ ਜਾਂਦੇ ਹਨ ਜਾਂ 1 ਕਰੋੜ ਰੁਪਇਆ ਵੀ ਇਕੱਠਾ ਕੀਤਾ ਜਾਂਦਾ ਹੈ ਤੇ ਉਸ ਦੇ ਵਿੱਚੋਂ ਅੱਧ ਹੀ ਜਿਹੜੇ ਇਨਾਮ ਕੱਢੇ ਜਾਂਦੇ ਨੇ ਭਾਵੇਂ ਜੇਕਰ 1 ਕਰੋੜ ਰੁਪਇਆ ਇਕੱਠਾ ਕਰ ਲਿਆ ਤਾਂ ਉਹਦੇ ਵਿੱਚੋਂ ਸਿਰਫ 40-50 ਲੱਖ ਰੁਪਏ ਦੇ ਇਨਾਮ ਹੀ ਹੈ ਜਿਹੜੇ ਉਹ ਦਿੱਤੇ ਜਾਂਦੇ ਨੇ ਤਾਂ ਮਾਸਟਰ ਮਾਈਂਡ ਦੀ ਜੇਬ ਦੇ ਵਿੱਚ ਲੱਖਾਂ ਰੁਪਇਆ ਜਾਂਦਾ ਤੇ ਉਸ ਉੱਪਰ ਕੋਈ ਟੈਕਸ ਨਾ ਹੀ ਸਰਕਾਰ ਤੋਂ ਕੋਈ ਪਰਵਾਣਗੀ ਲੈਣੀ ਪੈਂਦੀ ਆ ਤਾਂ ਇਹ ਗੈਰਕਾਨੂੰਨੀ ਤੌਰ ਤੇ ਜਿਹੜਾ ਪੈਸਾ ਇਕੱਠਾ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖਤੇ ਹੋਣੇ ਆ ਬਹੁਤ ਸਾਰੇ ਜਿਹੜੇ ਲੱਕੀ ਡਰਾਸ ਸਕੀਮਾਂ ਚਲਾ ਰਹੇ ਨੇ ਪਿੰਡਾਂ ਦੇ ਵਿੱਚ ਬੈਠ ਕੇ ਤਾਂ ਉਹਨਾਂ ਤੇ ਹੁਣ ਕਾਰਵਾਈ ਹੋਵੇਗੀ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ